ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਅੰਮ੍ਰਿਤ ਬਰਾੜ ਅਤੇ ਮੈਂ ਆਪਣੇ ਯੂਟਿਊਬ ਚੈਨਲ ਕੈਂਟ ਸੌਂਗਸ 'ਤੇ ਲੈ ਕੇ ਆਇਆ ਆਪਣੀ ਇੰਡਸਟਰੀ ਦੀਆਂ ਲੇਟੈਸਟ ਅਪਡੇਟਸ। ਹਾਂਜੀ, ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਪੰਜਾਬੀ ਸਟਾਰ ਦੀ ਜਿਸਨੇ ਨਾ ਹੀ ਇਕੱਲੀ ਪੰਜਾਬੀ ਇੰਡਸਟਰੀ ਨੂੰ ਸਗੋਂ ਬੋਲੀਵੁੱਡ ਇੰਡਸਟਰੀ ਨੂੰ ਵੀ ਆਪਣੇ ਕਰੰਟ ਨਾਲ ਹਿਲਾ ਕੇ ਰੱਖ ਦਿੱਤਾ। ਹਾਂਜੀ, ਮੈਂ ਗੱਲ ਕਰ ਰਿਹਾ ਨਿਕਲੇ ਕਰੰਟ ਵਾਲੇ ਜੱਸੀ ਗਿੱਲ ਦੀ, ਜਿਸਨੇ ਹੁਣੇ ਹੀ ਆਪਣੀ ਇੱਕ ਇੰਟਰਵਿਊ ਵਿੱਚ ਆਪਣੀ ਆਉਣ ਵਾਲੀ ਮੂਵੀ ਦੀ ਅਨਾਊਂਸਮੈਂਟ ਕੀਤੀ ਹੈ। ਅਤੇ ਇਹ ਇੱਕ ਸੀਕੁਅਲ ਫਿਲਮ ਹੈ ਜਿਸ ਦਾ ਨਾਂ ਹੈ ਡੈਡੀ ਕੂਲ ਮੁੰਡੇ ਫੁੱਲ ਪਾਰਟ 2। ਹਾਂਜੀ, ਜਿਵੇਂ ਕਿ ਅਸੀਂ ਜਾਣਦੇ ਹਾਂ ਡੈਡੀ ਕੂਲ ਮੁੰਡੇ ਫੁੱਲ ਪਾਰਟ 1 ਵਿੱਚ ਸਾਨੂੰ ਅਮਰਿੰਦਰ ਗਿੱਲ ਅਤੇ ਹਰੀਸ਼ ਵਰਮਾ ਲੀਡ ਰੋਲ ਕਰਦੇ ਨਜ਼ਰ ਆਏ ਸਨ ਅਤੇ ਉਹਨਾਂ ਨਾਲ ਸਪੋਰਟਿੰਗ ਐਕਟਰ ਸਨ ਜਸਵਿੰਦਰ ਭੱਲਾ, ਅਮਨ ਨੂਰੀ, ਯੋਵਿਕਾ ਚੌਧਰੀ ਅਤੇ ਇਹਾਨਾ ਢਿੱਲੋਂ। ਇਸ ਵਾਰ ਅਸੀਂ ਇਸ ਮੂਵੀ ਦੇ ਸੀਕੁਅਲ ਵਿੱਚ ਜੱਸੀ ਗਿੱਲ ਨੂੰ ਮੇਨ ਲੀਡ ਹੀਰੋ ਦੇ ਰੋਲ ਵਿੱਚ ਵੇਖਾਂਗੇ ਅਤੇ ਦੇਖਣਾ ਇਹ ਹੋਵੇਗਾ ਕਿ ਮੇਨ ਲੀਡ ਹੀਰੋਇਨ ਕੌਣ ਹੋਵੇਗੀ। ਅਤੇ ਅਸੀਂ ਦੁਆ ਕਰਦੇ ਹਾਂ ਕਿ ਜਿਸ ਤਰ੍ਹਾਂ ਡੈਡੀ ਕੂਲ ਮੁੰਡੇ ਫੁੱਲ ਪਾਰਟ 1 ਨੂੰ ਤੁਹਾਡਾ ਬਹੁਤ ਪਿਆਰ ਮਿਲਿਆ, ਉਸੇ ਤਰ੍ਹਾਂ ਜੱਸੀ ਗਿੱਲ ਦੀ ਇਸ ਮੂਵੀ ਨੂੰ ਤੁਹਾਡਾ ਬਹੁਤ ਪਿਆਰ ਮਿਲੇ ਅਤੇ ਇਹ ਮੂਵੀ ਸੁਪਰ ਡੁਪਰ ਹਿੱਟ ਜਾਵੇ। ਅਤੇ ਪੰਜਾਬੀ ਅਤੇ ਬੋਲੀਵੁੱਡ ਇੰਡਸਟਰੀ ਦੀਆਂ ਹੋਰ ਅਪਡੇਟਸ ਲਈ ਸਬਸਕ੍ਰਾਈਬ ਕਰ ਲਓ ਸਾਡਾ ਯੂਟਿਊਬ ਚੈਨਲ ਕੈਂਟ ਸੌਂਗਸ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਅਤੇ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਇਜਾਜ਼ਤ, ਫਿਰ ਮਿਲਾਂਗੇ ਬੋਲੀਵੁੱਡ ਅਤੇ ਬੋਲੀਵੁੱਡ ਇੰਡਸਟਰੀ ਦੀਆਂ ਲੇਟੈਸਟ ਅਪਡੇਟਸ ਨਾਲ। ਅਤੇ ਉਨੀ ਦੇਰ ਲਈ ਸਤਿ ਸ਼੍ਰੀ ਅਕਾਲ।